ਪੰਜਾਬ ਦੇ ਵਿੱਚ ਪਹਿਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕ ਸਭਾ ਦੀ ਰੈਲੀ ਹੋਣ ਜਾ ਰਹੀ ਹੈ ਪਟਿਆਲੇ ਦੇ ਵਿੱਚ। ਪਰਨੀਤ ਕੌਰ ਹੋਰਾਂ ਦੇ ਲਈ ਪ੍ਰਚਾਰ ਜਿਹੜਾ ਵਾ ਪ੍ਰਧਾਨ ਮੰਤਰੀ ਦੇ ਵੱਲੋਂ ਕੀਤਾ ਜਾਏਗਾ, ਔਰ ਕਿਉਂਕਿ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਅਸੀਂ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਣੇ ਨੇ, ਇਸ ਕਰਕੇ ਚੱਪੇ ਚੱਪੇ ਤੇ ਪਟਿਆਲੇ ਦੇ ਵਿੱਚ ਪੁਲਿਸ ਲੱਗੀ ਹੈ। ਸਿਰਫ ਪੰਜਾਬ ਪੁਲਿਸ ਹੀ ਨਹੀਂ ਬਲਕਿ ਪੈਰਾਮਿਲਟਰੀ ਫੋਰਸ ਵੀ ਜਿਹੜੀ ਹੈ ਉਹ ਲੱਗੀ ਹੈ, ਔਰ ਇਸ ਵੇਲੇ ਅਸੀਂ ਰੈਲੀ ਵਾਲੀ ਥਾਂ ਤੇ ਆ, ਤਸਵੀਰਾਂ ਅਸੀਂ ਦਿਖਾਵਾਂਗੇ। ਪੰਜਾਬ ਪੁਲਿਸ ਦੇ ਜਵਾਨ ਜਿਹੜੇ ਨੇ ਇੱਥੇ ਤੈਨਾਤ ਨੇ, ਔਰ ਕਿਸ ਤਰੀਕੇ ਦੇ ਇੰਤਜ਼ਾਮ ਨੇ ਉਹ ਵੀ ਤਸਵੀਰ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਵਾਂਗੇ, ਕਿਉਂਕਿ ਪਟਿਆਲੇ ਨੂੰ ਪੂਰਾ ਛੋਣੀ ਦੇ ਵਿੱਚ ਤਬਦੀਲ ਜਿਹੜਾ ਉਹ ਕਰ ਦਿੱਤਾ ਗਿਆ, ਕਿਉਂਕਿ ਪਿਛਲੀ ਵਾਰ 2022 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਦੇ ਵਿੱਚ ਆਏ ਸੀਗੇ ਤਾਂ ਉਸ ਵੇਲੇ ਉਹ ਰੈਲੀ ਕੈਂਸਲ ਕਰਨੀ ਪਈ ਸੀ, ਕਿਉਂਕਿ ਉਸ ਵੇਲੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ ਸੀ। ਉਸ ਵੇਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੀਗੇ, ਔਰ ਕਾਫੀ ਜ਼ਿਆਦਾ ਬਵਾਲ ਹੋਇਆ ਸੀ, ਤਾਂ ਇਸੇ ਵਜ੍ਹਾ ਕਰਕੇ ਕਿ ਉਸ ਤਰੀਕੇ ਦਾ ਕੋਈ ਬਵਾਲ ਨਾ ਹੋਵੇ ਜਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੋਈ ਰੁਕਾਵਟ ਨਾ ਆਵੇ, ਇਸ ਕਰਕੇ ਪਹਿਲਾਂ ਤੋਂ ਹੀ ਪੰਜਾਬ ਪੁਲਿਸ ਦੇ DG ਵੱਲੋਂ ਕਈ ਸਾਰੀਆਂ ਬੈਠਕਾਂ ਜਿਹੜੀਆਂ ਕੇਂਦਰ ਸਰਕਾਰ ਦੀ ਏਜੰਸੀਆਂ ਦੇ ਨਾਲ ਵੀ ਕੀਤੀਆਂ ਗਈਆਂ ਵਾ, ਔਰ ਰਸਤਾ ਜਿਹੜਾ ਉਹ ਕਲੀਅਰ ਕੀਤਾ। ਤਾਂ ਇਸ ਵੇਲੇ ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਅਸੀਂ ਖੜੇ ਹਾਂ, ਜਿੱਥੇ ਕੱਲ੍ਹ ਪ੍ਰਧਾਨ ਮੰਤਰੀ ਦੇ ਵੱਲੋਂ ਰੈਲੀ ਕੀਤੀ ਜਾਣੀ ਹੈ, ਕਿਉਂਕਿ ਸ਼ਾਹੀ ਸ਼ਹਿਰ ਪਟਿਆਲਾ ਹੈ, ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਇਹ ਮੰਨਿਆ ਜਾਂਦਾ ਵੈ, ਔਰ ਇਸ ਗੜ੍ਹ ਦੇ ਵਿੱਚ ਪ੍ਰਧਾਨ ਮੰਤਰੀ ਹੁਣ ਪਰਨੀਤ ਕੌਰ ਹੋਰਾਂ ਦੇ ਲਈ ਪ੍ਰਚਾਰ ਕਰਨ ਦੇ ਲਈ ਆ ਰਹੇ ਹੈ। ਪਹਿਲੀ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਪਟਿਆਲਾ ਤੋਂ ਸ਼ੁਰੂਆਤ ਜਿਹੜੀ ਹੈ ਉਹ ਪ੍ਰਚਾਰ ਦੀ ਪ੍ਰਧਾਨ ਮੰਤਰੀ ਦੇ ਵੱਲੋਂ ਕੀਤੀ ਜਾਏਗੀ, ਪਟਿਆਲਾ ਦੇ ਵਿੱਚ ਕੀਤੀ ਜਾਣੀ ਹੈ, ਔਰ ਦੇਖੋ ਕਿ ਕਿਸ ਤਰੀਕੇ ਦੇ ਨਾਲ ਟੈਂਟ ਲੱਗੇ ਨੇ, ਕਿਸ ਤਰੀਕੇ ਦੇ ਨਾਲ ਕੁਰਸੀਆਂ ਲੱਗੀਆਂ ਨੇ, ਸਾਰੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਲੇਕਿਨ ਸਭ ਤੋਂ ਵੱਡਾ ਚੈਲੰਜ ਪੰਜਾਬ ਪੁਲਿਸ ਦੇ ਸਾਹਮਣੇ ਹੈ, ਕਿਉਂਕਿ ਕਿਸਾਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਪ੍ਰਧਾਨ ਮੰਤਰੀ ਤੋਂ ਸਵਾਲ ਕਰਨੇ ਆ, ਅਸੀਂ ਵਫਦ ਦੇ ਨਾਲ ਜਿਹੜਾ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕਰਨ ਲਈ ਆਵਾਂਗੇ। ਤਾਂ ਇਸ ਵਜ੍ਹਾ ਕਰਕੇ ਵੱਖ ਵੱਖ ਥਾਵਾਂ ਤੇ ਪਟਿਆਲੇ ਦੇ ਜਿਹੜੇ ਰਸਤੇ ਨੇ, ਚਾਹੇ ਰਾਜਪੁਰਾ ਜਾਂ ਫਿਰ ਚੰਡੀਗੜ੍ਹ ਤੋਂ ਆਉਂਦੇ ਹੋਏ ਰਸਤੇ, ਉੱਥੇ ਪੁਲਿਸ ਦੇ ਥਾਂ ਥਾਂ ਤੇ ਜਿਹੜੇ ਨੇ ਨਾਕੇ ਲੱਗੇ ਹੋਏ ਨੇ। ਇੱਧਰ ਦੇਖੋ ਕਿ ਕਿਸ ਤਰੀਕੇ ਨਾਲ ਪੁਲਿਸ ਜਿਹੜੀ ਖੜੀ ਹੈ, ਔਰ ਇੱਥੇ ਪ੍ਰਬੰਧਕ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਸਾਬਕਾ ਮੇਅਰ ਨੇ ਪਟਿਆਲਾ ਦੇ, ਮੇਰੇ ਸਾਹਿਬ ਕਿਸ ਤਰੀਕੇ ਦੀ ਤਿਆਰੀ ਜਿਹੜੀ ਹੈ ਕੱਲ੍ਹ ਦੀ ਰੈਲੀ ਨੂੰ ਲੈ ਕੇ ਹੈ, ਕਿਉਂਕਿ ਪ੍ਰਧਾਨ ਮੰਤਰੀ ਪਹਿਲੀ ਵਾਰ ਪੰਜਾਬ ਜਿਹੜੇ ਨੇ ਉਹ ਆ ਰਹੇ ਨੇ ਲੋਕ ਸਭਾ ਚੋਣਾਂ ਦੇ ਵਿੱਚ? ਸਾਡੇ ਪਟਿਆਲੇ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਜਿਹੜਾ ਹੈਗਾ ਇਸ ਰੈਲੀ ਨੂੰ ਲੈ ਕੇ ਹੈਗਾ, ਅਤੇ ਪੂਰੇ ਪੰਜਾਬ ਜਿਹੜਾ ਹੈਗਾ ਅੱਡੀਆਂ ਚੱਕ ਕੇ ਇੰਤਜ਼ਾਰ ਕਰ ਰਿਹਾ ਕਿ ਨਰਿੰਦਰ ਮੋਦੀ ਜੀ ਪੰਜਾਬ ਆ ਰਹੇ ਹਨ, ਅਤੇ ਬਹੁਤ ਵੱਡੀ ਆਸ ਅੱਜ ਪੰਜਾਬ ਨੂੰ ਭਾਰਤੀ ਜਨਤਾ ਪਾਰਟੀ ਤੋਂ ਸ਼੍ਰੀ ਨਰਿੰਦਰ ਮੋਦੀ ਜੀ ਤੋਂ ਹੈ। ਚਲੋ ਚਲਦੇ ਚਲਦੇ ਗੱਲਬਾਤ ਜਿਹੜੀ ਤੁਹਾਡੇ ਦੇ ਨਾਲ ਕਰਦੇ ਹਾਂ, ਕਿੰਨੀਆਂ ਕੁਰਸੀਆਂ ਦਾ ਇੰਤਜ਼ਾਮ ਔਰ ਕਿੰਨੇ ਕੁ ਲੋਕ ਜਿਹੜੇ ਨੇ ਕੱਲ੍ਹ ਆਉਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਹੈ? ਲਗਭਗ ਜਿਹੜੀ ਹੈਗੀ 25,000 ਦੇ ਕਰੀਬ ਕੁਰਸੀ ਜਿਹੜੀ ਹੈ ਲੱਗੂਗੀ, ਅਤੇ 50,000 ਦੇ ਲੋਕ ਜਿਹੜੇ ਹੈਗੇ ਲੋਕ ਉਰੇ ਪਹੁੰਚਣਗੇ। ਲਗਭਗ ਇੰਨੇ ਕੁ ਲੋਕ ਹੀ ਜਿਹੜੇ ਹਨ ਬਾਹਰ ਆਊਟਰ ਦੇ ਵਿੱਚ ਖੜਨਗੇ, ਅਸੀਂ 1,00,000 ਦਾ ਟਾਰਗੇਟ ਲੈ ਕੇ ਚੱਲੇ ਹਾਂ। ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਕਿ ਠੀਕ ਨਹੀਂ ਹੈ, ਇਸ ਕਰਕੇ ਉਹ ਦਿੱਲੀ ਜਿਹੜੇ ਇਲਾਜ ਕਰਵਾ ਰਹੇ ਨੇ, ਔਰ ਕੱਲ੍ਹ ਰੈਲੀ ਦੇ ਵਿੱਚ ਇਸ ਕਰਕੇ ਸ਼ਾਮਲ ਨਹੀਂ ਹੋ ਪਾਣਗੇ। ਦੇਖੋ ਜਿਹੜੀ ਸਿਹਤ ਦੀ ਗੱਲ ਹੈ ਉਸ ਦੇ ਵਾਸਤੇ ਤਾਂ ਹਰੇਕ ਬੰਦਾ ਸਮਰਥ ਹੈ, ਅਤੇ ਜਦੋਂ ਜਲਦੀ ਠੀਕ ਹੋਣਗੇ ਤਾਂ ਉਹ ਕੰਪੇਨ ਦੇ ਵਿੱਚ ਵੀ ਹਿੱਸਾ ਲੈਣਗੇ, ਜਿਹੜਾ ਆਪਣਾ ਯੋਗਦਾਨ ਹੈ ਪਾਣਗੇ, ਪਰ ਹੁਣ ਸਿਹਤ ਖਰਾਬ ਹੋਣ ਦੇ ਕਰਕੇ ਜਿਹੜਾ ਹੈਗਾ ਇਸ ਚੀਜ਼ ਦੇ ਵਾਸਤੇ ਉਹ ਨਹੀਂ ਆ ਸਕਦੇ। ਦੂਸਰਾ ਇਹ ਵੀ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਪ੍ਰਧਾਨ ਮੰਤਰੀ ਤੋਂ ਸਵਾਲ ਕਰਨੇ ਨੇ, ਔਰ ਇਸ ਕਰਕੇ ਅਸੀਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਾਂ। ਸਿਕਿਉਰਿਟੀ ਕਾਫੀ ਜ਼ਿਆਦਾ ਟਾਈਟ ਕੀਤੀ ਹੋਈ ਕਿਉਂਕਿ ਪ੍ਰਧਾਨ ਮੰਤਰੀ ਦਾ ਮਸਲਾ ਵੈ, ਔਰ ਪਿਛਲੀ ਵਾਰ ਜਦੋਂ ਫਿਰੋਜ਼ਪੁਰ ਦੇ ਵਿੱਚ ਆਏ ਸੀਗੇ ਉਹ ਦੌਰਾ ਰੱਦ ਕਰਨਾ ਪਿਆ ਸੀ, ਉਹ ਰੈਲੀ ਰੱਦ ਕਰਨੀ ਪਈ ਸੀ, ਤਾਂ ਇਸ ਵਾਰ ਕਿੰਨੀ ਕੁ ਫੋਰਸ ਜਿਹੜੀ ਉਹ ਲੱਗੀ ਹੈ, ਕਿਵੇਂ ਦੀਆਂ ਤਿਆਰੀਆਂ ਸੁਰੱਖਿਆ ਦੇ ਮੱਦੇਨਜ਼ਰ? ਦੇਖੋ ਜਿਹੜੇ ਸਵਾਲ ਕਰਨੇ ਸੀਗੇ ਜਾਂ ਸਵਾਲਾਂ ਦੇ ਜਵਾਬ ਹੈ ਉਹ ਬਹੁਤ ਲੰਬੇ ਪੱਧਰ ਦੇ ਉੱਪਰ ਹਰੇਕ ਵਾਰੀ ਗੱਲ ਹੋ ਚੁੱਕੀ ਹੈ। ਇਹ ਜਿਹੜਾ ਸਾਰਾ ਕੰਮ ਹੈ ਇਹ ਇੱਕ ਸਿਆਸਤ ਤੋਂ ਪ੍ਰੇਰਿਤ ਜਿਹੜਾ ਹੈਗਾ ਨਜ਼ਰ ਆਉਂਦਾ, ਅਤੇ ਸਾਰਿਆਂ ਨੂੰ ਪਤਾ ਹੈ
ਕਿਸ ਤਰੀਕੇ ਦੇ ਨਾਲ ਆਪ ਕਾਂਗਰਸ ਦੁਆਰਾ ਇਹ ਜਿਹੜਾ ਪ੍ਰਯੋਜਿਤ ਜਿਹੜਾ ਹੈਗਾ ਇਹ ਪ੍ਰੋਗਰਾਮ ਜਿਹੜਾ ਹੈਗਾ ਕਿਸਾਨਾਂ ਦੇ ਰੂਪ ਧਾਰ ਕੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਇਹ ਪੋਲੀਟੀਕਲ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਤਾਂ ਇਹ ਸਟੇਜ ਦਿਖਾਉਣਾ ਚਾਹੂੰਗਾ ਕਿ ਸਟੇਜ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਔਰ NSG ਜਿਹੜੀ ਹੈ ਉਹ ਵੀ ਇੱਥੇ ਰਹੇਗੀ। ਅਨਿਲ ਸਰੀਨ ਹੋਰੀ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਰਹੇ। ਸਰੀਨ ਸਾਹਿਬ, ਕਿਸ ਤਰੀਕੇ ਦੀ ਤਿਆਰੀ ਹੈ ਕਿਉਂਕਿ ਪਹਿਲੀ ਵਾਰ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਲੋਕ ਸਭਾ ਚੋਣਾਂ 'ਚ ਔਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਅਸੀਂ ਸਵਾਲ ਕਰਨ ਲਈ ਆਵਾਂਗੇ, ਤਾਂ ਕਿੰਨੇ ਕੁ ਸੁਰੱਖਿਆ ਮੁਲਾਜ਼ਮ ਨੇ ਔਰ ਕਿਸ ਤਰੀਕੇ ਦੀ ਤਿਆਰੀ ਹੈ? ਦੇਖੋ, ਇਹ ਤਾਂ ਕਾਨੂੰਨ ਵਿਵਸਥਾ ਬਣਾਉਣਾ ਤਾਂ ਸਰਕਾਰ ਦਾ ਕੰਮ ਹੈ। ਅਸੀਂ ਤਾਂ ਆਪਣੀ ਤਿਆਰੀ 'ਚ ਲੱਗੇ ਹੋਏ ਹਾਂ ਸਵਾਗਤ ਕਰਨ ਵਾਸਤੇ ਮੋਦੀ ਜੀ ਦਾ, ਔਰ ਭਵੇਂ ਸਵਾਗਤ ਕਰਾਂਗੇ। ਪਟਿਆਲੇ ਦੀ ਜਨਤਾ ਹੁੰਮ ਹੁਮਾ ਕੇ ਪਹੁੰਚਣ ਵਾਸਤੇ ਲਲਾਹਿਤ ਹੈ ਆਪਣੇ ਲੋਕਪ੍ਰਿਯ ਪ੍ਰਧਾਨ ਮੰਤਰੀ ਨੂੰ ਦੇਖਣ ਵਾਸਤੇ, ਉਹਨੂੰ ਸੁਣਨ ਵਾਸਤੇ। ਪਟਿਆਲੇ ਦੇ ਵਿੱਚ ਕਦੀ ਭਾਜਪਾ ਦੀ ਸੀਟ ਆਈ ਨਹੀਂ ਹੈ, ਹੁਣ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਵੀ ਹੈ ਔਰ ਪ੍ਰਨੀਤ ਕੌਰ ਹੋਰੀ ਮੈਦਾਨ ਦੇ ਵਿੱਚ ਨੇ, ਲੱਗਦਾ ਹੈ ਕਿ ਪਟਿਆਲਾ ਜਿਹੜਾ ਇੱਕ ਵਾਰ ਫਿਰ ਪ੍ਰਨੀਤ ਕੌਰ ਜਿੱਤ ਸਕਣਗੇ, ਕੈਪਟਨ ਅਮਰਿੰਦਰ ਸਿੰਘ ਆਪਣਾ ਗੜ੍ਹ ਬਚਾ ਸਕਣਗੇ? ਦੇਖੋ, ਭਾਰਤੀ ਜਨਤਾ ਪਾਰਟੀ ਪਹਿਲੀ ਵਾਰੀ ਇਹ ਸੀਟ ਲੜ ਰਹੀ ਹੈ ਔਰ ਅਸੀਂ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਪਟਿਆਲਾ ਦੀ ਸੀਟ ਨਰਿੰਦਰ ਮੋਦੀ ਦੇ 400 ਪਾਰ ਦੇ ਦਾਅਵੇ ਦੇ ਵਿੱਚ ਇੱਕ ਹਿੱਸਾ ਹੋਏਗੀ ਔਰ ਲੋਕਾਂ ਦਾ ਜੋ ਪਿਆਰ, ਜੋ ਉਤਸ਼ਾਹ ਸਾਨੂੰ ਦੇਖਣ 'ਚ ਮਿਲ ਰਿਹਾ, ਅਸੀਂ ਜਿਹੜੇ ਸਾਡੇ ਬੂਥ ਸੰਮੇਲਨ ਹੋਏ, ਅਸੀਂ ਪਿੰਡਾਂ ਤੱਕ ਗਏ ਔਰ ਇਹ ਸਾਰੀਆਂ ਚੀਜ਼ਾਂ ਦੇ ਬਾਅਦ ਮੈਂ ਬੜੇ ਮਾਣ ਨਾਲ ਕਹਿ ਸਕਦਾ ਔਰ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਭਾਰਤੀ ਜਨਤਾ ਪਾਰਟੀ ਜਿੱਥੇ ਪੰਜਾਬ ਦੀਆਂ ਹੋਰ ਸੀਟਾਂ ਜਿਤਨੀਆਂ ਪਟਿਆਲੇ ਦੀ ਸੀਟ ਭਾਰੀ ਮਾਰਜਨ ਦੇ ਨਾਲ ਅਸੀਂ ਜਿੱਤਣ ਜਾ ਰਹੇ। ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਅਸੀਂ ਪ੍ਰਧਾਨ ਮੰਤਰੀ ਤੋਂ ਸਵਾਲ ਕਰਨੇ ਆ, ਇਸ ਕਰਕੇ ਸਾਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ। ਪ੍ਰਸ਼ਾਸਨ ਉਹਨਾਂ ਨਾਲ ਮੁਲਾਕਾਤ ਕਰ ਰਿਹਾ, ਤੁਹਾਨੂੰ ਲੱਗਦਾ ਕਿ ਕਿਸਾਨ ਜਥੇਬੰਦੀਆਂ ਨਾਲ ਗੱਲ ਹੋਣੀ ਚਾਹੀਦੀ ਹੈ? ਨਹੀਂ, ਜਿੱਥੇ ਗੱਲਬਾਤ ਦੀ ਸਵਾਲ ਹੈਗਾ, ਸਾਡੇ ਤਿੰਨ ਮੰਤਰੀ ਉਹਨਾਂ ਨਾਲ ਗੱਲਬਾਤ ਕਰਨ ਆ ਗਏ। ਜੇ ਹੁਣ ਆਪਾਂ ਇਹ ਸੋਚ ਕੇ ਚੱਲੀਏ ਕਿ ਅਸੀਂ ਮੰਨਣਾ ਹੀ ਨਹੀਂ ਕਿਸੇ ਗੱਲ ਦੇ ਉੱਤੇ, ਤੇ ਫਿਰ ਤਾਂ ਆਪਾਂ ਕੁਛ ਨਹੀਂ ਨਾ ਕਰ ਸਕਦੇ। ਹਰ ਸਮੱਸਿਆ ਦਾ ਹੱਲ ਟੇਬਲ 'ਤੇ ਬੈਠ ਕੇ ਹੁੰਦਾ ਹੈ। ਸਾਡੇ ਤਿੰਨ ਮੰਤਰੀ ਤਿੰਨ ਵਾਰੀ ਆਏ ਨੇ, ਇੱਕ ਵਾਰੀ ਨਹੀਂ ਦੋ ਵਾਰੀ ਤਿੰਨ ਵਾਰੀ ਆਏ ਨੇ, ਅਤੇ ਹੋਰ ਵੀ ਫਿਰ ਅਸੀਂ ਫਿਰ ਵੀ ਬੈਠਣ ਨੂੰ ਤਿਆਰ ਹੈਗੇ ਹਾਂ। ਪਿਛਲੀ ਵਾਰ ਜਦੋਂ ਫਿਰੋਜ਼ਪੁਰ ਆਏ ਸੀ ਉਹ ਰੈਲੀ ਰੱਦ ਕਰਨੀ ਪਈ ਸੀ, ਹੁਣ ਵੀ ਬਹੁਤ ਸਾਰੇ ਉਮੀਦਵਾਰਾਂ ਨੂੰ ਘੇਰਾ ਪਿਆ ਜਾ ਰਿਹਾ ਕਿਸਾਨ ਜਥੇਬੰਦੀਆਂ ਦੇ ਵੱਲੋਂ। ਪ੍ਰਨੀਤ ਕੌਰ ਹੋਰਾਂ ਨੂੰ ਵੀ ਕਈ ਵਾਰ ਘੇਰਾਵ ਕੀਤਾ ਵੈ, ਕੱਲ੍ਹ ਪ੍ਰਧਾਨ ਮੰਤਰੀ ਆ ਰਹੇ, ਉਹ ਸਥਿਤੀ ਲੱਗਦਾ ਕਿ ਉਸ ਤਰੀਕੇ ਦੀ ਟਾਕਰੇ ਵਾਲੀ ਨਾ ਬਣੇ? ਦੇਖੋ, ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਆਪਣੀ ਗੱਲ ਰੱਖਣ ਦਾ। ਜੇ ਉਹ ਸਮਝਦੇ ਨੇ ਕਿ ਉਹਨਾਂ ਦਾ ਲੋਕਤਾਂਤਰਿਕ ਅਧਿਕਾਰ ਹੈ, ਤਾਂ ਉਹਨਾਂ ਨੂੰ ਵੀ ਸਮਝਣਾ ਪਏਗਾ ਕਿ ਸਾਡਾ ਵੀ ਲੋਕਤਾਂਤਰਿਕ ਅਧਿਕਾਰ ਹੈ ਕਿ ਅਸੀਂ ਲੋਕਾਂ ਕੋਲ ਜਾਈਏ, ਆਪਣੀ ਵੋਟ ਮੰਗੀਏ। ਠੀਕ ਹੈ, ਜਿਹੜਾ ਜਿਹੜਾ ਜਿਸ ਪਾਰਟੀ ਨਾਲ ਸਹਿਮਤ ਹੋਏਗਾ ਉਹਨੂੰ ਵੋਟ ਦੇਗਾ, ਜੇ ਕਿਸੇ ਗੱਲ 'ਤੇ ਕਿਸੇ ਪਾਰਟੀ ਨਾਲ ਮਤਭੇਦ ਹੋਏਗਾ ਤਾਂ ਵੋਟ ਨਹੀਂ ਦੇਗਾ। ਇਹੀ ਤਾਂ ਲੋਕਤੰਤਰ ਦੀ ਖੂਬਸੂਰਤੀ ਹੈ, ਉਹ ਥੋਪ ਕਿਉਂ ਰਹੇ ਨੇ? ਔਰ ਇੱਕ ਚੀਜ਼ ਹੋਰ ਦੱਸਦਾ, ਪਿੰਡਾਂ ਦਾ ਕਿਸਾਨ, ਪਿੰਡਾਂ 'ਚ ਰਹਿਣ ਵਾਲੇ ਲੋਕ, ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਨੇ। ਇਹ ਜਿਹੜੇ ਜਥੇਬੰਦੀਆਂ ਵਾਲੇ ਦੀ ਗੱਲ ਕਰਦੇ ਆ ਨਾ, ਪਿਛਲੇ ਇਲੈਕਸ਼ਨ 'ਚ ਖੜੇ ਹੋ ਕੇ ਦੇਖ ਲਿਆ ਸੀਗਾ, ਜਮਾਨਤਾਂ ਜਬਤ ਹੋਈਆਂ ਸੀ ਨਾ, ਕਿਸੇ ਨੂੰ 500, ਕਿਸੇ ਨੂੰ 600, ਅਤੇ ਕਿੰਨੇ ਕੁ ਲੋਕ ਉਹਨਾਂ ਕਿਸਾਨ ਨਾਲ। ਇਹ ਤਾਂ ਜਥੇਬੰਦੀਆਂ ਦਾ ਅੰਦੋਲਨ ਹੈ, ਅਸੀਂ ਫਿਰ ਵੀ ਕਹਿੰਦੇ ਹਾਂ ਕਿਉਂਕਿ ਭਾਰਤੀ ਜਨਤਾ ਪਾਰਟੀ ਕਿਸਾਨ ਹਿਤੈਸ਼ੀ ਪਾਰਟੀ ਹੈ, ਅਸੀਂ ਸਭ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਵਿਸ਼ਵਾਸ ਕਰਦੇ ਹਾਂ। ਅਤੇ ਆਓ ਆਪਾਂ ਬੈਠੀਏ ਟੇਬਲ 'ਤੇ ਗੱਲ ਕਰੀਏ। ਗੱਲ ਕੀ, ਤੁਸੀਂ MSP ਦੀ ਗੱਲ ਕਰਦੇ ਹੋ, ਉਹ ਕਹਿੰਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਨੀ। ਦੇਖੋ, ਗੱਲ ਆਉਂਦੀ ਹੈ, ਉਹਨਾਂ ਦਾ ਹੱਕ ਹੈ ਜਿਹੜੀ ਗੱਲ ਜੋ ਮਰਜ਼ੀ ਕਹਿਣ ਉਹ, ਲੇਕਿਨ ਸਵਾਲ ਤਾਂ ਇਹ ਹੈ ਕਿ ਉਹਨਾਂ ਦੀ ਮੰਗ ਕੀ ਹੈ MSP ਦੀ? ਪੰਜਾਬ ਦੀਆਂ ਦੋ ਫਸਲਾਂ ਨੇ ਜੀ, ਕਣਕ ਅਤੇ ਝੋਨਾ, ਉਹ 100% ਚੱਕਦੇ ਆ। ਫਿਰ ਉਹਦੇ ਬਾਅਦ ਇਹੀ ਨਹੀਂ ਗਾ, ਸਾਡੇ ਰਾਜ ਤੋਂ ਪਹਿਲਾਂ ਤਾਂ ਉਹਨਾਂ ਨੂੰ ਉਹਦੀ ਵਸੂਲੀ ਵਾਸਤੇ ਧੱਕੇ ਖਾਣੇ ਪੈਂਦੇ ਸੀਗੇ ਆਪਣੇ ਪੈਸੇ ਦੀ ਜਿਹੜੀ ਫਸਲ ਵੇਚੀ ਉਹਦਾ ਪੈਸਾ ਲੈਣ ਵਾਸਤੇ। ਅਸੀਂ ਤਾਂ 48 ਘੰਟੇ 'ਚ ਉਹਨਾਂ ਦੇ ਖਾਤੇ 'ਚ ਪੈਸੇ ਪਾ ਰਹੇ ਹਾਂ, ਫਿਰ ਅਸੀਂ ਕਿਸਾਨ ਵਿਰੋਧੀ ਕਿਵੇਂ ਹੋ ਗਏ? ਅਸੀਂ 6000 ਰੁਪਇਆ ਉਹਨਾਂ ਦੇ ਖਾਤੇ 'ਚ ਪਾ ਰਹੇ, ਅਸੀਂ ਕਿਸਾਨ ਵਿਰੋਧੀ ਕਿਵੇਂ ਹੋ ਗਏ? DAP ਦੀ ਜਿਹੜੀ ਕੀਮਤ ਹੈਗੀ ਅੱਜ 3200-3300 ਹੋ ਗਈ, ਅਸੀਂ 1200-1400 ਦੇ ਰਹੇ ਹਾਂ, ਅਸੀਂ ਕਿਸਾਨ ਵਿਰੋਧੀ ਕਿਵੇਂ ਹੋ? ਪ੍ਰਧਾਨ ਮੰਤਰੀ ਦੇ ਆਉਣ ਨਾਲ ਕਿੰਨਾ ਕੁ ਫਰਕ ਤੁਹਾਨੂੰ ਨਜ਼ਰ ਆਉਂਦਾ? ਮੈਂ ਕਿਹਾ ਜੀ,
ਕੱਲ ਦੇ ਬਾਅਦ ਪੂਰਾ ਪੰਜਾਬ ਮਈ ਮੋਦੀ ਮਈ ਹੋਏਗਾ, ਭਾਜਪਾ ਮਈ ਹੋਏਗਾ, ਔਰ ਹੁਮ ਹੁਮ ਆ ਕੇ ਜਿਸ ਤਰੀਕੇ ਨਾਲ ਲੋਕ ਉਤਸ਼ਾਹਿਤ ਨੇ। ਮੈਂ ਅੱਜ ਵੀ ਕਾਫੀ ਹਲਕਿਆਂ 'ਚ ਜਾ ਕੇ ਆਇਆ ਪੋਪੂਲੇਸ਼ਨ ਦੇ ਚੱਕਰ ਦੇ ਵਿੱਚ, ਇੰਨਾ ਪਿਆਰ ਮਿਲ ਰਿਹਾ, ਲੋਕ ਤੇ ਲਲਾਹਿਤ ਨੇ। ਸਾਡੇ ਕੋਲ ਤਾਂ ਰਿਕੁਐਸਟਾਂ ਹੀ ਪੂਰੀਆਂ ਹੋ ਰਹੀਆਂ ਕਿ ਜਨਾਬ ਅਸੀਂ ਸੁਣਨ ਆਉਣਾ ਚਾਹੁੰਦੇ ਹਾਂ, ਚਾਹੇ ਉਹ ਪੜ੍ਹੇ ਲਿਖੇ ਨੇ, ਇੰਡਸਟਰੀਸ ਨੇ ਕਿੰਨੇ ਵੀ, ਸਾਨੂੰ ਦੱਸੋ ਅਸੀਂ ਆਉਣਾ ਚਾਹੁੰਦੇ, ਸਾਡੇ ਕੋਈ ਤਰੀਕਾ ਦੱਸੋ ਅਸੀਂ ਕਿਵੇਂ ਪਹੁੰਚ ਜਾਈਏ। ਠੀਕ ਹੈ, ਸੋ ਇਸ ਕਰਕੇ ਮੈਂ ਕਹਾਂਗਾ ਕਿ ਵੀ ਕੱਲ੍ਹ ਦੀ ਰੈਲੀ ਪੰਜਾਬ ਦੀ ਤਸਵੀਰ ਬਦਲੇਗੀ, ਪੰਜਾਬ ਦੀ ਤਕਦੀਰ ਬਦਲੇਗੀ, ਔਰ ਪੰਜਾਬ ਇੱਕ ਵਾਰੀ ਫਿਰ ਤਰੱਕੀ ਦੀ ਰਾਹ ਤੇ ਮੁੜ ਆਏਗਾ। ਠੀਕ ਹੈ, ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਟੈਂਟ, ਕਿਸ ਤਰੀਕੇ ਨਾਲ ਕੁਰਸੀਆਂ, ਕਿਸ ਤਰੀਕੇ ਦੇ ਇੰਤਜ਼ਾਮ ਹੈ, ਔਰ ਮੁਕਾਬਲਾ ਬਿੱਟੂ ਜੀ ਕਿਸ ਦੇ ਨਾਲ ਦੇਖਦੇ ਹੋ, ਫਾਈਟ ਕਿਸ ਦੇ ਨਾਲ ਇਸ ਵਾਰ ਤੁਹਾਨੂੰ ਨਜ਼ਰ ਆਉਂਦੀ ਹੈ? ਦੇਖੋ, ਜਿਹੜਾ ਮੁਕਾਬਲਾ ਨਜ਼ਰ ਆਉਂਦਾ ਉਹ ਤਿੰਨਾਂ ਦੇ ਨਾਲ ਇੰਨਾ ਕੁ ਪਿੱਛੇ ਹੈਗੇ ਤਿੰਨੋਂ ਪਾਰਟੀਆਂ, ਕਿਉਂਕਿ ਮੁੱਦੇ ਜਿਹੜਾ ਹੈਗਾ ਵਿਕਾਸ ਦਾ, ਕਾਨੂੰਨ ਵਿਵਸਥਾ ਦਾ, ਭਵਿੱਖ ਨੂੰ ਲੈ ਕੇ। ਪੰਜਾਬ ਦਾ ਵੋਟਰ, ਭਾਰਤ ਦਾ ਵੋਟਰ ਇਹ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਦਾ ਸਪਸ਼ਟ ਬਹੁਮਤ ਆ ਰਿਹਾ ਤੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਾ, ਕਾਂਗਰਸ ਨੂੰ ਵੋਟ ਪਾਉਣਾ ਇੱਕ ਗੱਲ ਹੈ, ਤੇ ਇਸ ਦੇ ਨਾਲ ਹੀ ਅਕਾਲੀ ਦਲ ਦੀ ਜਿਹੜੀ ਪੋਜੀਸ਼ਨ ਹੈ ਉਹ ਆਪਾਂ ਨੂੰ ਸਮਝ ਆਉਂਦੀ ਹੈ ਅੱਜ ਕਿਸ ਹਾਲਾਤ ਦੇ ਵਿੱਚ ਹੈ। ਇਸ ਲਈ ਇਹ ਤਿੰਨੋਂ ਜਿਹੜੇ ਹਨ ਲਗਭਗ ਬਰਾਬਰ ਜਾਣਗੇ। ਅਸੀਂ ਅੱਧੇ ਤੋਂ ਵੱਧ ਜਿਹੜੀ ਵੋਟਾਂ ਲੈ ਕੇ ਜਿਹੜਾ ਹੈਗਾ ਬੜੇ ਭਾਰੀ ਬਹੁਮਤ ਦੇ ਨਾਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੈਂਬਰ ਪਾਰਲੀਮੈਂਟ ਜਿੱਤਣ ਜਾ ਰਿਹਾ। ਪਟਿਆਲੇ ਦੇ ਮੁੱਦੇ, ਮੈਂ ਪਟਿਆਲੇ ਦੇ ਮੁੱਦੇ ਦੀ ਗੱਲ ਕਰਾਂਗਾ। ਪਟਿਆਲੇ ਦੇ ਵਿੱਚ ਸਾਡੇ ਘੱਗਰ ਦਾ ਮੁੱਦਾ ਸਭ ਤੋਂ ਵੱਡਾ ਹੈ। ਅਪ੍ਰੈਲ 2023 ਤੋਂ 1404 ਕਰੋੜ ਦਾ ਪ੍ਰੋਜੈਕਟ ਪੰਜਾਬ ਸਰਕਾਰ ਤੋਂ ਪ੍ਰਵਾਨਿਤ ਹੋ ਕੇ ਕੇਂਦਰ ਦੇ ਕੋਲ ਪੈਂਡਿੰਗ ਪਿਆ। ਪਟਿਆਲੇ ਦੇ ਵਿੱਚ 60% ਪਟਿਆਲਾ ਘੱਗਰ ਦੀ ਮਾਰ ਦੇ ਵਿੱਚ ਪੈਂਦਾ। ਇਸ ਦੇ ਨਾਲ ਹੀ ਸਾਡੇ ਬੱਸ ਸਟੈਂਡ ਦੇ ਨਾਲ 597 ਕਰੋੜ ਦੇ ਪ੍ਰੋਜੈਕਟ ਦੀ ਤਿਆਰੀ, ਟੈਕਨੀਕਲ ਅਤੇ ਜਿਹੜੀ ਉਹਦੀ ਫਿਜ਼ੀਬਿਲਿਟੀ ਜਿਹੜਾ ਪਲਾਨ ਹੈ ਉਹ ਕੇਂਦਰ ਤੋਂ ਪ੍ਰਵਾਨ ਹੋ ਕੇ ਆ ਚੁੱਕਿਆ ਹੈ। ਅਤੇ ਅੱਜ ਸਾਡੀ ਸਾਰੀ ਜ਼ਰੂਰਤ ਜਿਹੜੀ ਹੈ ਕੇਂਦਰ ਦੇ ਨਾਲ ਖੜੀ ਹੈ ਅਤੇ ਅਸੀਂ ਆਪਣੇ ਭਵਿੱਖ ਵਾਸਤੇ ਵੋਟ ਪਾ ਰਹੇ। ਤਾਂ ਇਹ ਤਸਵੀਰ ਅਸੀਂ ਦਿਖਾਈ ਪਟਿਆਲੇ ਦੇ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਪਹਿਲਾਂ ਕਿਸ ਤਰੀਕੇ ਦੀ ਤਿਆਰੀ ਹੈ। ਚੱਪੇ ਚੱਪੇ 'ਤੇ ਪਟਿਆਲੇ ਦੇ ਵਿੱਚ ਪੰਜਾਬ ਪੁਲਿਸ ਤੋਂ ਇਲਾਵਾ ਸੈਂਟਰ ਦੀ ਏਜੰਸੀਆਂ ਦੀ ਫੋਰਸ ਵੀ ਜਿਹੜੀ ਹੈ ਉਹ ਤੈਨਾਤ ਹੈ। ਆਪਣੇ ਸਹਿਯੋਗੀ ਜਤਿੰਦਰ ਸਿੱਧੂ ਦੇ ਨਾਲ ਪੰਕਜ ਪਾਈ, ਨਿਊਜ਼ 18 ਪਟਿਆਲਾ।